ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਚਾੜ ਦੀ ਸਵੇਰ ਲੋਕਾਂ ਨੂੰ ਮਹਿੰਗਾਈ ਤੋਂ ਮਿਲੇਗੀ ਰਾਹਤ ਹੁਣ ਸਿਰਫ 634 ਰੁਪਏ ਚ ਮਿਲੇਗਾ ਗੈਸ ਲੰਡਰ ਚੱਕ ਲੋ ਫਾਇਦਾ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਜੇ ਨਾ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਜੇ ਉੱਥੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹਾਂ 4 ਅਕਤੂਬਰ 2021 ਤੋਂ ਬਾਅਦ ਕ੍ਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਇਸ ਦੇ ਬਾਅਦ ਵੀ ਤੁਸੀਂ ਸਿਰਫ 633.50 ਰੁਪਏ ਚ ਐਲਪੀਜੀ ਪ੍ਰਾਪਤ ਕਰ ਸਕਦੇ ਹੋ ਦਰਅਸਲ ਅਸੀਂ ਉਸ ਸਿਲੰਡਰ ਬਾਰੇ ਦੱਸ ਰਹੇ ਹਾਂ ਜਿਸ ਵਿੱਚ ਗੈਸ ਦਿਖਾਈ ਦੇ ਰਿਹਾ ਹੈ ਇਹ ਸਿਲੰਡਰ 14.2 ਕਿਲੋ ਵਾਲੇ ਭਾਰੀ ਸਿਲੰਡਰ ਨਾਲੋਂ ਵੀ ਹਲਕਾ ਹੈ ਘੱਟ ਕੀਮਤ ਤੇ ਗੈਸ ਸਿਲੰਡਰ ਕਿਵੇਂ ਪ੍ਰਾਪਤ ਕਰੀਏ ਇਸ ਵੇਲੇ ਦਿੱਲੀ ਵਿੱਚੋਂ 14.2 ਕਿਲੋ ਦਾ LPG ਸਿਲੰਡਰ 899.50 ਰੁਪਏ ਤੇ ਉਪਲਬਧ ਹੈ ਇਸ ਦੇ ਉਲੋਂ ਤੁਸੀਂ ਕੰਪੋਜ਼ਿਟ LPG ਸਿਲੰਡਰ ਸਿਰਫ 633.50 ਰੁਪਏ ਵਿੱਚ ਪ੍ਰਵਾ ਸਕਦੇ ਇਸ ਦੇ ਨਾਲ ਹੀ 5 ਕਿਲੋ ਦੇ ਗੈਸ ਨਾਲ LPG ਕੰਪੋਜ਼ਿਟ ਸਿਲੰਡਰ ਲਈ ਤੁਹਾਨੂੰ ਸਿਰਫ 502 ਰੁਪਏ ਖਰਚੇ ਕਰਨ ਪੈਣਗੇ ਜਦ ਕਿ 10 ਕਿਲੋਗ੍ਰam Lpg ਕੰਪੋਜ਼ਿਟ Lpg ਸਿਲੰਡਰ ਭਰਨ ਲਈ ਤੁਹਾਨੂੰ 633 ਰੁਪਏ ਦੇਣਗੇ ਸਪਸ਼ਟ ਹੈ ਕਿ ਸਿਲੰਡਰ ਵਿੱਚ 4 ਕਿਲੋ Lpg ਆਮ ਸਿਲੰਡਰ ਨਾਲੋਂ ਘੱਟ ਹੁੰਦੀ ਹੈ ਇਸ ਲਈ ਇਸ ਦੀ ਕੀਮਤਾਂ ਵੀ ਘਟ ਨੇ 28 ਰਾਇ ਵਿੱਚ ਉਪਲਬਧ ਹੈ ਸੂਲਤ ਕੰਪੋਜ਼ਿਟ ਸਿਲੰਡਰ ਆਇਸ ਸਿਲੰਡਰ ਨਾਲੋਂ 7 ਕਿਲੋ ਹਲਕਾ ਹੁੰਦਾ ਹੈ ਇਸ Lpg ਸਿਲੰਡਰ ਦੀਆਂ ਤਿੰਨ ਪਰਤਾਂ ਹਨ ਖਾਲੀ ਸਿਲੰਡਰ ਜੋ ਵਰਤਨਮਾਨ ਵਿੱਚ ਵਰਤਿਆ ਜਾਂਦਾ ਹੈ ਦਾ ਪਾ 12 ਕਿਲੋ ਹੈ ਗੈਸ ਪਰ ਦਾ ਇਸ ਦਾ 231 ਕਿਲੋ ਤੋਂ ਥੋੜਾ ਜ਼ਿਆਦਾ ਹੋਏਗਾ ਹੁਣ ਘਾ ਕਾ 10 ਕਿਲੋ ਦੇ ਕੰਪੋਜ਼ਿਟ ਸਿਲੰਡਰ ਵਿੱਚ ਸਿਰਫ 10 ਕਿਲੋ ਗੈਸ ਮਿਲੇਗੀ ਪਹਿਲੇ ਪੜਾ ਵਿੱਚ ਇਹ ਕੰਪੋਜ਼ਿਟ ਸਿਲੰਡਰ ਦਿੱਲੀ ਬਨਾਰਸ ਪ੍ਰਿਆਗ ਫਰੀਦাবাদ ਗੁਰੂਗ੍ਰਾਮ ਜੇਪੂਰ ਹਦਬਾਦ ਜਲੰਧਰ ਦਸ਼ਮੇਦਪੁਰ ਪਟਨਾ ਮਸੂਰ ਲੁਧਿਆਣਾ ਰਾਏਪੁਰ ਰਾਚੀ ਅਮਦਮਾਸ ਮਿਥਾਈ ਸ਼ਹਿਰਾਂ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ ਖਬਰੋ